ਸਤਿ ਸ਼੍ਰੀ ਅਕਾਲ ਸਰ। ਸਰ ਤੁਹਾਡਾ ਨਾਮ? ਵਿਕਾਸ ਮਾਤ। ਠੀਕ ਹੈ, ਤੇ ਸਰ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਜੰਮੂ ਤੋਂ ਬਿਲੋਂਗ ਕਰਦਾ। ਜੰਮੂ ਤੋਂ, ਠੀਕ ਹੈ। ਤੇ ਸਰ ਤੁਹਾਨੂੰ ਪ੍ਰੈਕਟਿਸ ਕਰਦੇ ਨੂੰ, ਵੈਟਰਨਰੀ ਪ੍ਰੈਕਟਿਸ ਕਰਦੇ ਨੂੰ ਕਿੰਨੇ ਸਾਲ ਹੋ ਗਏ? ਮੈਨੂੰ ਕਮ ਸੇ ਕਮ 12 ਸਾਲ ਹੋ ਗਏ। 12 ਸਾਲ, ਠੀਕ ਹੈ। ਤੇ ABS ਨਾਲ ਜੁੜੇ ਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ? ਸਰ ਕਮ ਸੇ ਕਮ ਮੈਨੂੰ 8 ਸਾਲ ਹੋ ਗਏ ABS ਨਾਲ ਜੁੜੇ। ਠੀਕ ਹੈ। ਤੇ ਸਰ ਤੁਹਾਨੂੰ ਕਿੱਦਾਂ ਦਾ ਰਿਜ਼ਲਟ ਲੱਗਿਆ ABS ਦਾ? ਬਹੁਤ ਵਧੀਆ ਯਾਰ ਲੱਗੇ। ਪਿੰਡਾ ਸਭ ਤੋਂ ਪਹਿਲੇ ਜਿਹੜਾ ਮੈਂ ਸਿਮਨ ਵਰਤਿਆ ਸੀ ਤੁਹਾਡਾ, ਤੁਹਾਡਾ ਮੈਂ ਵਰਤਿਆ ਸੀ ਸੈਕਸਨ ਵਿੱਚ, ਮੈਂ ਸਟ੍ਰਾਈਕਰ ਵਰਤਿਆ ਸੀ ਔਰ ਬਰੂਡ ਵਰਤਿਆ ਸੀ। ਅੱਛਾ। ਔਰ ਨਾਰਮਲ ਵਿੱਚ ਵੀ ਕਾਫੀ ਸਿਮਨ ਵਰਤੇ ਸੀ ਤੁਹਾਡੇ, ਜਿਸ ਤਰ੍ਹਾਂ ਤੁਹਾਡੇ ਆਉਂਦੇ ਨੇ ਇੱਕ ਹਾਟਸਟਾਰ ਆਉਂਦਾ ਹੈ, ਐਨਰਜੀ ਆਉਂਦਾ ਹੈ, ਹਾਂਜੀ, ਹੈ ਨਾ। ਇਸ ਤਰੀਕੇ ਦੇ ਕਾਫੀ ਤੁਹਾਡੇ ਬੋਲ ਨੇ ਜਿਹੜੇ ਇਸ ਤਰੀਕੇ ਦੇ ਆਉਂਦੇ ਨੇ ਸਿਮਨ, ਇਹਦੇ ਬਹੁਤ ਅੱਛੇ ਰਿਜ਼ਲਟ ਵੀ ਮਿਲੇ ਸਾਨੂੰ ਜੰਮੂ ਚ। ਠੀਕ ਹੈ। ਕਾਫੀ ਵਧੀਆ ਜਿਹੜੇ ਇਹਦੇ ਮੁਖੀ ਅਗੇ ਜਿਹੜੇ ਕਾਫ ਆਉਂਦੇ ਨੇ ਆਏ ਸੀ ਬੱਚੇ, ਹਾਂਜੀ, ਬੜੇ ਵਧੀਆ ਆਏ ਸੀ ਇਹਦੇ। ਤੇ ਜਿਹੜੇ ਸਰ ਇਹਨਾਂ ਦੇ ਕਾਫ ਆਏ ਸੀ ਉਹ ਮਿਲਕਿੰਗ ਦੇ ਵਿੱਚ ਵੀ ਵਧੀਆ ਸੀਗੇ? ਸਰ ਬਹੁਤ ਵਧੀਆ ਨਿਕਲੇ, ਕਮ ਸੇ ਕਮ ਵੀ 25 ਪਲੱਸ ਸੀਗੇ ਉਹ ਸਾਰੇ ਵਿੱਚ ਜਿੰਨੇ ਆਏ ਸੀ। ਅੱਛਾ। ਤੇ ਇਹ ਮਤਲਬ 25 ਪਲੱਸ, ਇਹ ਕੋਈ ਡੇਰੀ ਫਾਰਮ ਤੇ ਆਏ ਸੀਗੇ ਕਿ ਮਤਲਬ ਨਾਰਮਲ ਘਰਾਂ ਦੇ ਵਿੱਚ? ਜਿੱਦਾਂ ਮਤਲਬ ਜਿਹਨਾਂ ਡੇਰੀ ਫਾਰਮ ਚ ਆਏ ਸੀ, ਠੀਕ ਹੈ, ਜਿਹੜੇ ਘਰਾਂ ਵਿੱਚ ਵੀ ਆਏ ਸੀ, ਜਿਨ੍ਹਾਂ ਦੀ ਅੱਛੀ ਮੱਕੇ ਦੇਖ ਰੇਖ ਅੱਛੀ ਹੋਈ ਸੀ, ਹਾਂਜੀ, ਉਹਨਾਂ ਦੇ ਵੀ 20 ਪਲੱਸ ਹੀ ਗਏ ਸੀ। ਅੱਛਾ, ਠੀਕ ਹੈ। ਤੇ ਸਰ ਮਤਲਬ ਤੁਸੀਂ ਫੁੱਲੀ ਸੈਟੀਸਫਾਈਡ ਹੈਗੇ ਹੋ ABS ਦੇ ਰਿਜ਼ਲਟ ਨਾਲ? ਬਿਲਕੁਲ, ਜਦੋਂ ਨਾਲ ਜੁੜਿਆ ਬਹੁਤ ਬੜੀ ਬੜੀਆ ਕੰਮ। ਤੇ ਸਰ ਅਸੀਂ ਥੈਂਕ ਯੂ ਕਰਦੇ ਹਾਂ।